ਸਤਿ ਸ਼੍ਰੀ ਅਕਾਲ ਬਾਈ ਮਿੱਤਰੋ, ਸਵਾਗਤ ਹੈ ਜੀ ਨਵੇਂ ਵਲੌਗ 'ਚ। ਬਾਈ ਅੱਜ ਟਰੈਕਟਰ ਲੈ ਕੇ ਆਏ ਹੋਏ ਹਾਂ, ਗੰਨਾ ਗੇਰ ਕੇ ਆਏ ਹਾਂ ਮਿੱਲ 'ਚ ਇੰਡੋ ਫਾਰਮ। ਟਰਾਲਾ ਹੈਪੀ ਬਾਈ ਨਾਲ ਲੈ ਕੇ ਆਇਆ ਹੋਇਆ ਟਰੈਕਟਰ, ਬਹੁਤ ਵਧੀਆ ਬਾਈ। ਓਕੇ ਰਿਪੋਰਟ ਲੈ ਬਾਈ। ਜੋਧ ਬਾਈ ਟਰਾਈ ਮਾਰ ਕੇ ਆਇਆ ਟਰੈਕਟਰ ਦੀ। ਹੋਰ ਜੋਧ ਵੀਰੇ ਕਿਆ ਹਾਲ ਹੈ? ਵਧੀਆ ਵੀਰੇ। ਬਾਈ ਅੱਜ ਮੇਰਾ 2 ਦਿਨ ਬਾਅਦ ਆਇਆ ਬਾਈ, ਅਤੇ ਥੋੜ੍ਹਾ ਕੰਮ ਦਾ ਕਰਾਂ। ਹਾਂ, ਕਿਵੇਂ ਜੋ ਚਲਾਈ ਟਰੈਕਟਰੀ? ਠੀਕ ਆ, ਚਲਾਈ ਵਧੀਆ ਵੀਰੇ, ਠੀਕ ਆ, ਤਸੱਲੀ ਵਾਲੀ ਆ। ਜੋਧ ਵੀਰੇ ਇਹਦਾ ਇੰਜਣ 245 ਵਾਲਾ, ਮੈਸੀ 245 ਵਾਲਾ, ਤੇਲ ਖਰਚਾ ਠੀਕ ਹੈ ਇਹਦਾ, ਹੈ ਸਿਮਸਨ ਗੇਅਰ ਬਾਕਸ ਇਹਦਾ ਸਵਰਾਜ ਵਾਲਾ। ਬਾਕੀ ਥੋੜ੍ਹੀ ਜੀ ਪਿੱਛੇ ਤੇ ਹਲਕੀ ਹਲਕੀ ਉਹਦੀ ਉਹ ਆ, ਥੋੜ੍ਹੀ ਥੋੜ੍ਹੀ ਆਵਾਜ਼ ਆਉਂਦੀ ਹੈ ਨਾ, ਇਹਨਾਂ ਨੂੰ ਆਣੇ ਹੁੰਦੀ, ਇਹਨਾਂ ਨੂੰ ਸਾਰੇ ਮਾਡਲਾਂ ਨੂੰ ਹੈ ਨਾ। ਬੜਾ ਵੀ ਜਿਹੜਾ ਪਹਿਲਾਂ ਦੋ ਇੱਕ ਇੰਡੋ ਫਾਰਮ ਲਿਆ ਘਰਾਂ ਕੰਮ ਕਰਦੇ ਸੀ ਇਹਦੇ ਨਾਲ ਦਾ ਜੀ, 9-10 ਦੀ ਗੱਲ ਹੈ। ਅੱਛਾ, ਇੱਕ ਨਹੀਂ ਬੋਲਦਾ ਉਹ ਵੀ ਕਰਦਾ, ਜਮਾ ਹੀ ਨਵਾਂ ਲੱਗਦਾ। ਠੀਕ ਆ, ਇਹ ਆਉਣ ਦੀ ਲੇਕਿਨ ਮਹਿੰਦਰਾ ਨੂੰ ਯਾਰ ਊਂ ਜੋ ਤਾਂ ਤੇਲ ਖਰਚਾ ਜਾਇਜ਼ ਇਹਦਾ, ਤੇਲ ਖਰਚਾ ਘੱਟ ਹੈ। ਹਾਂ, ਤੇਲ ਖਰਚਾ ਘੱਟ ਹੈ। ਲਓ ਜੀ ਬਾਈ ਟਰੈਕਟਰ, ਵੈਸੇ ਤਾਂ ਇਹ ਆਪਣੇ ਘਰੇ ਤਾਂ ਆਪਣੇ ਕੋਲ ਮਾਡਲ ਹੈਗਾ ਜੀ 2006 ਆ, ਪਤਾ ਨਹੀਂ 7 ਆ। ਜੋਧ ਬਾਈ ਹੋਰ ਆ, ਕਲੱਚ ਵੀ ਡਬਲ ਹੈਗਾ, ਡਬਲ ਕਲੱਚ ਵਾਲਾ ਹੈ। ਪੀਟੀਓ ਨਹੀਂ ਗੇਰਾਂ 'ਚ ਹੈਗੀ? ਨਹੀਂ ਆ, ਕਿੱਥੇ? ਗਰਾਊਂਡ ਪੀਟੀਓ ਆ, ਨਿਊਟਰਲ ਆ 540 ਵੀ। ਪੀਟੀਓ ਗੇਰਾਂ 'ਚ ਹੋਊਗੀ? ਹੋ ਸਕਦੀ ਹੈ, ਮੈਨੂੰ ਉਮੀਦ ਹੈ। ਹੋਰ ਨਾ ਚੈੱਕ ਕਰਕੇ ਦਿਖਾਉਂਦੇ ਆ। ਅਤੇ ਬਾਈ 6 ਮਾਡਲ ਆ ਜੀ ਇਹ, ਠੀਕ ਆ। ਜੇ ਕੋਈ ਆਪਣਾ ਹੋਇਆ ਚਾਹਵਾਨ ਸੱਜਣ ਤਾਂ ਆਪਾਂ ਦੇ ਵੀ ਦੇਵਾਂਗੇ, ਨਹੀਂ ਤਾਂ ਵੈਸੇ ਤਾਂ ਮਨ ਹੈ ਵੀ ਰੱਖ ਵੀ ਲਈਏ ਘਰੇ। ਪਰ ਹੈ ਲੋਟ ਆਈ ਦਾ ਨਹੀਂ ਜੀ, ਉਹ ਤਾਂ ਜੇ ਵਧੀਆ ਪੈਸੇ ਮਿਲ ਗਏ ਫਿਰ ਆਪਾਂ ਦੇ ਦੇਣਾ ਯਾਰ, ਇਹੋ ਜਿਹੀ ਗੱਲ ਨਹੀਂ। ਠੀਕ ਹੈ ਜੀ, ਫਿਰ 6 ਮਾਡਲ ਹੈ ਬਾਈ। ਜੇ ਕੋਈ ਹੋਇਆ ਚਾਹ ਪੈਣ ਸੱਜਣ ਆ ਕੇ ਦੇਖ ਲਿਓ, ਟਰੈਕਟਰ ਘਰੇ ਆ ਆਪਣੇ ਕੋਲ। ਪਿੱਛੇ ਤਾਂ ਦੇਖੋ ਉਹਦੀਆਂ ਲਿੰਕਾਂ ਲੁੰਕਾਂ ਕਿੰਨੀਆਂ ਹੈਵੀਆਂ ਬਾਈ, ਪੂਰੀਆਂ ਵਧੀਆ ਹਨ, ਬਹੁਤ ਹੈਵੀ ਲਿੰਕਾਂ ਲੱਗੀਆਂ ਹੋਈਆਂ। ਠੀਕ ਹੈ ਜੀ। ਜਦੋਂ ਬਾਈ ਅੱਜ ਗੰਨਾ ਗੇਰ ਕੇ ਆਇਆ ਮਿੱਲ 'ਚ, ਮੈਂ ਕਹਿੰਦਾ ਦਿਲ ਨਾਲ ਟਾਇਰ ਘੱਟ ਹੈ, ਟਰੈਕਟਰ ਨੇ ਸਿਆਣਿਆ ਨਹੀਂ ਹੈ। ਅੱਛਾ, ਸੁੱਕਦਾ ਗਿਆ। ਹਾਂ, ਖੇਤ 'ਚੋਂ ਵੀ ਖਾਸੀ ਅੱਤਰ ਦੀ ਜਿੱਥੇ ਕੱਢ ਕੇ ਲੈ ਕੇ ਆਇਆ ਟਰੈਕਟਰ, ਮੈਨੂੰ ਐਦਾ ਵੀਰੇ ਟੋਜਨ ਪਾਉਣਾ ਪਊਗਾ, ਆਪਾਂ ਕੱਢ ਲਿਆ ਟਰਾਲੀ। ਵਜਨ ਕਿੰਨਾ ਦਾ? ਵਜਨ ਤਾਂ ਮਤਲਬ ਕਿ ਪਰਚੀ ਤਾਂ ਰੇਹੜੀ ਵਾਲੀ, ਉਹਦੀ ਤੈਨੂੰ ਐਵੇਂ ਝੂਠ ਕਹਾਂ, ਹੈਗਾ ਤਾਂ ਫਿਰ ਵੀ 70-75 ਕੁਇੰਟਲ ਯਾਰ। ਟਰਾਲਾ ਵੀ ਭਾਰਾ ਯਾਰ, ਜਾਨ ਹੈਗੀ ਆ ਮਨ 30 ਕੁਇੰਟਲ ਦਾ ਟਰਾਲਾ, 30 ਕੁਇੰਟਲ ਦਾ ਟਰਾਲਾ ਟਰਾਲਾ ਹੀ ਆ, ਹੈਗੀ ਹੈਗੀ। ਠੀਕ ਹੈ ਜੀ। ਜਦੋਂ ਇਹਦਾ ਥੱਲੇ ਰੰਗ ਲਾਲ ਆ, ਹੈ ਨਾ, ਥੱਲੇ ਰੰਗ ਪ੍ਰਾਈਮਰ ਹੁੰਦਾ ਥੱਲੇ ਲਾਲ ਵੱਜਿਆ ਵਾ, ਪ੍ਰਾਈਮਰ ਉੱਪਰ ਫਿਰ ਰੰਗ। ਠੀਕ ਆ, ਉਸ ਸਪੋਲਨ ਬਾਈ, ਆਹ ਉਸ ਸਪੋਲਨ ਕਾਹਦੇ ਲਿਖਿਆ ਹੁੰਦਾ ਇਹਦੇ ਪਰ? ਯਾਰ ਮਨ ਤਾਂ ਇਹ ਗੱਲ ਦਾ ਯਾਰ ਕੰਪਨੀ ਨੂੰ ਕਰਨਾ ਪੈਣਾ ਵੀ ਚੱਕਰ ਗਿਆ ਇਹ, ਮੈਂ ਨਾ ਇੰਜਣ ਕਰਕੇ ਲਿਖਿਆ ਤਾਂ ਵੀ ਇੰਜਣ ਪੋਲਨ ਦਾ ਬਣ ਗਿਆ, ਇੰਜਣ ਪੋਲਨ ਦਾ ਬਣਿਆ ਹੋ ਸਕਦਾ, ਕੋਈ ਨਾ ਕੋਈ ਤਾਂ ਹੋਊਗੀ ਕਾਰਵਾਈ। ਤੁਹਾਨੂੰ ਬਾਈ ਸਟਾਰਟ ਕਰਕੇ ਦਿਖਾਉਂਦੇ ਆਪਾਂ ਇਹਦੀ, ਸਟਾਰਟਿੰਗ ਚੈੱਕ ਕਰਿਓ ਫਿਰ ਮਾੜੀ ਮਾਰੀ ਸਾਲ ਦੁਬਾਰਾ ਟਰੈਕਟਰ ਦੀ। ਕਰੋ ਸਟਾਰਟਿੰਗ ਚੈੱਕ, ਇੰਜਣ ਬਹੁਤ ਸੈੱਟ ਆ ਬਾਈ ਟਰੈਕਟਰ ਦਾ, ਬਲੋ ਬਲੂ ਜਮਾਂ ਨਹੀਂ ਹੈ। ਹੈਲੋ ਬਾਈ ਮਿੱਤਰੋ, ਪਹੁੰਚ ਗਏ ਖੇਤਾਂ ਦੇ ਵਿੱਚ, ਅਤੇ ਹਨੀ ਬਾਈ ਬਾਈ ਵੱਢਣ ਲੱਗਿਆ ਤਾਂ ਜਵੀ, ਅਤੇ ਬਾਈ ਦੀ ਜਵੀ ਦੇਖੋ ਕਿਆ ਟੋਪ ਦੀ ਹੋਈ ਹੋਈ ਬਾਈ, 5-5 ਫੁੱਟ ਦੀ ਜਵੀ ਹੋਈ ਹੋਈ ਆ, ਅਤੇ ਬਾਈ ਨੇ ਮੈਸੀ ਪਰ ਬਾਈ ਡੈੱਕ ਵੀ ਲਵਾਇਆ, ਆ ਜਾਓ ਤੁਹਾਨੂੰ ਆਪਾਂ ਦਿਖਾਉਂਦੇ ਹਾਂ।
ਹੋਰ ਜੀ ਵੀਰੇ ਕਿਆ ਹਾਲ ਆ ਜੀ? ਵਧੀਆ ਜੱਗੂ ਬਾਈ, ਕਿਆ ਹਾਲ ਆ? ਤੇਰੀ ਬਾਈ ਛੁੱਟੀ ਵਾਲੇ ਦਿਨ ਦਰਸ਼ਨ ਹੁੰਦੇ ਤੇਰੇ? ਬਸ ਯਾਰ ਤੈਨੂੰ ਪਤਾ ਹੀ ਆ ਹੁਣ, ਤੂੰ ਵੀ ਚਲੇ ਜਾਂਦਾ ਏ, ਮੈਂ ਵੀ, ਮੇਰਾ ਵੀ ਸ਼ਬਦ ਦਾ ਬਣਦਾ ਨਹੀਂ ਹੈ। ਠੀਕ ਆ, ਕਦੇ ਉਹ ਮਿਲਦੇ ਫਿਰ ਹੁਣ ਆਪਾਂ ਤਾਂ ਬਾਈ ਬੂਟਿਆਂ 'ਚ ਜਵੀ ਬਹੁਤ ਕੰਮ ਦੀ ਖੜੀ ਹੈ ਤੇਰੀ। ਹਾਂ ਜੱਗੂ, ਹੈਂ ਵਧੀਆ ਹੋਈ ਆ, ਰੇਹ ਪਾਇਆ ਵਾ ਤਾਂ ਇਹਦੇ 'ਚ। ਅੱਛਾ, ਇਹਦੇ 'ਚ ਪਹਿਲਾਂ ਮੁਰਗੀਆਂ ਦਾ ਰੇਹ ਕਿ ਦੂਆ ਕੱਚਾ? ਅੱਛਾ, ਮੁਰਗੀਆਂ ਜਿਹੜਾ ਪਿਆ ਤਾਂ ਇੱਥੇ ਮੈਨੂੰ ਦੋ ਟਰਾਲੇ। ਅੱਛਾ, ਇਹੀ ਖੇਤ ਹੀ ਸੁੱਟਦੇ ਫਿਰ ਆਪਾਂ ਨੇ, ਰੇਹ ਦਾ ਹੀ ਕਮਾਲ ਹੈ, ਰੇਹ ਦਾ ਹੀ। ਹਾਂ, ਕਿਉਂਕਿ ਬੂਟੇ 'ਚ ਦਰਦ ਜੱਗੂ, ਫਿਰ ਰੇਹ ਨਾਲ ਨਿਕਲਦੀ ਆ। ਬਿਲਕੁਲ ਨਾ, ਬੂਟੇ ਵੀ ਤਾਂ ਹੀ ਵਧੀਆ, ਬੂਟੇ ਵੀ ਬਾਈ ਦੇ। ਹਾਂ, ਐਤਕੀ ਬਾਕੀ ਸਪਰੇ ਕਰਤੀ ਦੀ ਇੱਕ ਤਾਕਤ ਦੀ, ਇੱਕ ਦੋ ਸਾਲੀਆਂ ਬੂਟੇ ਵੀ ਨਹੀਂ ਤੇਰੇ ਪੱਟੇ ਨਾਲ ਹੋਏ ਵੇ ਯਾਰ। ਹਾਂ ਜੱਗੂ, ਬੂਟੇ ਤਾਂ ਵੇਚ ਤੇ ਮੰਨਦਾ ਦੇ ਤਾਂ ਕਰਤਾ ਸੌਦਾ। ਹਾਂ, ਮੰਨਦਾ ਡੈਡੀ ਨੇ ਕਰਤਾ ਹੁਣ। ਚੱਲ ਵਧੀਆ ਬਾਈ ਯਾਰ, ਆਪਾਂ ਨੂੰ ਵੀ ਨਹੀਂ ਪਤਾ ਵੀ ਹਾਂ ਕਿਆ ਕਿੰਨੇ ਦਵਾਂਗੇ, ਪਰ ਚੱਲ ਜਿੰਨੇ ਦਾ ਮਰਜ਼ੀ ਹੋਵੇ ਬੂਟੇ ਬਾਈ ਵਧੀਆ ਨੀ, ਬੂਟੇ ਸਾਰੇ ਹੀ ਓਵਰ ਹੋਏ ਵੇ ਆ ਹਨਾ। 5 ਸਾਲ ਦੇ ਹੋ ਗਏ ਜੱਗੂ, ਇਹ ਪਰ ਇਹ ਨਾ ਜਿਹੜਾ G48 ਆ, ਹਾਂ ਇਹੀ ਆਪਾਂ ਜ਼ਿਆਦਾ ਲਾਉਂਦੇ ਤੇ ਪਹਿਲਾਂ। ਹਾਂ ਹਾਂ, ਇਹ ਸਾਲਾ ਖੜਦਾ ਥੋੜਾ ਜਿਹਾ ਬੂਟਾ, ਜਿਹੜਾ 10 ਨੰਬਰ ਆ, ਥੋੜਾ ਖੜਦਾ ਨਹੀਂ ਬੂਟਾ। ਅੱਛਾ, ਇਹ ਫਰਕ ਦੇਖਿਆ ਵੈਸੇ, ਜਿਹੜਾ ਤੇਰੇ ਵੀ ਉੱਥੇ 10 ਨੰਬਰ ਲੱਗੇ ਹੋਏ ਨੇ, ਇਹ ਤਰ੍ਹਾਂ ਨਹੀਂ G48 ਵਜਨ 'ਚ ਹੈ, ਵਜਨ 'ਚ ਆ। ਹਾਂ, ਇਹਦਾ ਵਜਨ ਹੈਗੀ ਆ, ਇਹ ਨਿਕਲਣ ਵਾਲੇ ਜਿਹੜੇ ਵੀ ਹੈਗੇ। ਠੀਕ ਆ, ਠੀਕ ਆ। ਇਹ ਬਾਈ ਬਾਈ ਵੱਲ ਪਾਲਟੀ ਵੀ ਹੋ ਗਈ, ਬਾਈ ਨੇ ਡੈਕ ਲਵਾ ਲਿਆ, ਲੋ ਜੀ ਵਧੀਆ ਵੱਜਦਾ ਬਾਈ ਜੱਗੂ। ਠੀਕ ਆ ਯਾਰ, ਆਪਣੇ ਜੋਗਾ ਹੈਗਾ ਏ। ਠੀਕ ਆ, ਠੀਕ ਆ, ਆਪਣੇ ਆਪਾਂ ਨੇ ਕਿਹੜੇ ਆਇਆ ਵੀ ਸਾਡੀ ਸ਼ੋਸ਼ੇਬਾਜ਼ੀ ਕਰਨੀ ਆ। ਆਹੋ, ਠੀਕ ਆ ਗੱਲ, ਆਪਣੇ ਕੋਲ ਚਲੇ ਕਹਿੰਦੇ ਸ਼ੁਗਲ ਮੇਲਾ ਕਰ ਲਈ, ਕੰਮ ਚੱਲਣਾ ਚਾਹੀਦਾ। ਹਾਂ ਹਾਂ, ਠੀਕ ਨਹੀਂ, ਬੰਦਾ ਲੱਗਿਆ ਰਹਿੰਦਾ ਆਪਣੀ ਮਸਤੀ 'ਚ। ਬਿਲਕੁਲ ਬਿਲਕੁਲ, ਤੇ ਟਰੈਕਟਰ ਲੱਗਿਆ ਤਾਂ ਬਾਈ ਬਾਈ ਪਹਿਲਾਂ ਜੋਰ ਜਾਂ ਮਰਾਉਣ ਫਾਲਿਆਂ ਨਾਲ, ਕਹਿੰਦਾ ਜੋਰ ਬਹੁਤ ਮਾਰਦਾ ਨਾ ਟਰੈਕਟਰ ਸਾਲੇ, ਦੇਖਿਆ ਜੱਗੂ। ਹਾਂ ਨਾ, ਟਰੈਕਟਰ ਠੀਕ ਆ ਸਾਲੇ, ਟਰੈਕਟਰ ਦੇਖਿਆ ਨਹੀਂ, ਖਰਚਾ ਘੱਟ ਆ ਬਾਈ ਇਹਨਾਂ ਦਾ। ਖਰਚਾ ਵੀ ਜੱਗੂ, ਜੇ ਇੱਕ ਹਿਸਾਬ ਦੇਖੀਏ ਨਾ, ਆਪਣੀ ਚਲਾਈ ਪਰੇ ਆ। ਅੱਛਾ, ਜੇ ਆਪਾਂ ਧੱਕਾ ਕਰਦੇ ਫਿਰ ਦੂਏ ਦੇ ਬਰਾਬਰ ਖਾਂਦੇ ਟਰੈਕਟਰ। ਠੀਕ ਆ, ਪਹਿਲਾਂ ਬਾਈ ਬਾਈ ਨੇ ਇੱਕ ਦੋ ਮੇ ਤੇ ਵੀਡੀਓ ਵੀ ਪਾਈਆਂ, ਕਹਿੰਦਾ ਵੇਚਣਾ, ਫਿਰ ਹੁਣ ਇਹਨੇ ਨਾ ਸਲਾਹ ਕਰਤੀ ਵਧੀਆ, ਕਹਿੰਦਾ ਯਾਰ, ਕਹਿੰਦਾ ਹੁਣ ਨਹੀਂ ਦੇਣਾ ਹੈਗਾ, ਫਿਰ ਕਹਿੰਦਾ ਲੈ ਨਹੀਂ ਹੁੰਦਾ, ਕਹਿੰਦਾ ਵਧੀਆ ਆਏ ਹੈ ਨਹੀਂ, ਬਾਅਦ 'ਚ ਹੁਣ ਤੂੰ ਪਹਿਲਾਂ ਜਦ ਤਾਂ ਲੱਤਾਂ ਤੂੰ ਕਿੰਨਾ ਘੁੰਮਿਆ। ਹਾਂ, ਠੀਕ ਨਹੀਂ, ਬਹੁਤ ਬਹੁਤ ਬਾਈ, ਚੀਜ਼ ਮਿਲਦੀ ਨਹੀਂ ਹੁੰਦੀ ਵੇ ਉਹੀ ਜੀ ਵੇਚ ਕੇ, ਹਨਾ। ਹੁਣ ਆਪਾਂ ਤਾਂ ਚਲਾ ਰਿਆ ਵੀਰ। ਹਾਂ, ਜੇ ਕੋਈ ਕਮੀ ਪੇਸ਼ੀ ਹੁੰਦੀ ਵੀ ਆਪਾਂ ਨੂੰ ਪਤਾ ਲੱਗ ਜਾਣਾ, ਪਤਾ ਲੱਗ ਜਾਣੀ ਦੀ। ਆਪਣੇ ਕੋਲ ਵੀਰੇ ਦੋ ਮੈਸੀ ਆਏ ਤੇ ਹਨੀ, ਦੋਹੇ ਮੈਸੀ ਇੱਕ ਇੱਕ ਦਿਨ ਨਹੀਂ ਖੜੇ, ਬਸ ਮੈਸੀ 241 ਤਾਂ ਜੇਕੋ ਮਾਰਕ ਖਾ, ਦੋਹੇ ਟਰੈਕਟਰ ਦੂਏ ਦਿਨ ਵਿਕ ਗਏ ਆਪਣੇ। 241 ਤਾਂ ਕਿਹੜੇ ਨੇ? ਦਾਹੀ 241 ਉਹ। ਠੀਕ ਆ, ਠੀਕ ਆ, ਨਾਲੇ ਹਨੀ ਹੈਵੀ ਸਾਈਡ ਗੇਅਰ ਤੇ ਜੇਕੋ, ਮੈਂ ਗੱਲ ਦੱਸਦਾ ਵੀ ਟਰੈਕਟਰ ਹੈ ਵਧੀਆ ਵੀਰ। ਹਾਂ ਨਾ, ਟਰੈਕਟਰ ਠੀਕ ਆ, ਜਿਹਨੇ ਘਰ ਬਾਤ ਰੱਖ ਜਨੂਟਰ ਪਰ ਆਪਣਾ ਹੁਣ ਜਿਹੜਾ ਪਹਿਲਾਂ ਆਪਣੇ ਕੋਲ ਸੋਨਾਲੀਕਾ ਦਾ, ਉਹ 2.5 ਲੀਟਰ ਦੇ ਪਲੱਸੇ ਕਰਦਾ ਤਾਂ ਨਾ। ਅੱਛਾ, ਇਹ ਉਹੀ 2.25 ਤੇ ਉੱਪਰ ਨਹੀਂ ਜਾਂਦਾ ਹੈਗਾ, ਮਤਲਬ ਕਿ ਡੀਜ਼ਲ ਖਰਚਾ ਘੱਟ ਹੈ ਨਾ, ਖਰਚਾ ਜਾਇਜ਼ ਆ, ਜਦ ਆਪਾਂ ਆਰਾਮ ਨਾਲ ਚਲਾਉਂਦੇ ਫਿਰ ਤਾਂ ਬਹੁਤ ਆ ਜੀ। ਠੀਕ ਆ, ਠੀਕ ਆ, ਓਕੇ। ਚਲ ਆਹ ਬਾਈ, ਡੈੱਕ ਕਿੰਨੇ ਦਾ ਲਵਾਤਾ? ਡੈੱਕ ਬਾਈ ਲਵਾਇਆ ਆਪਾਂ ਨੇ ਉੱਥੇ ਤੇ, ਇਹ ਬਲਾਕ ਤੇ, ਬਲਾਕ ਤੇ, ਬਲਾਕ ਮਾਰਕੀਟ ਤੇ ਨਵਾਂ ਹੀ ਬਣਾਇਆ ਸਾਰਾ ਜਗਾੜ, ਸਾਰਾ ਨਵਾਂ ਬਣਾਇਆ ਵੀਰੇ। ਠੀਕ ਆ, ਆਹ ਜਿਹੜਾ ਆਹ ਥੱਲੇ ਵਾਲੇ ਜਗਾੜ ਦੇ ਵਿੱਚ ਆ, ਇਹਦੇ ਵਿੱਚ ਐਂਪ ਪੰਪ? ਹਾਂ, ਇਹਦੇ ਸਾਰਾ ਮੋਨੋ ਐਂਪ ਵੀਰੇ ਵਿੱਚ ਆ। ਅੱਛਾ, ਮੋਨੋ ਐਂਪ ਹੈ, ਅਲੱਗ ਅਲੱਗ ਨਹੀਂ ਲਾਉਣਾ ਪੈਂਦਾ ਵੀ ਐਂਪ ਲਾਉਣਾ। ਹਾਂ ਹਾਂ, ਜਾਂ ਕੁਝ ਵੀ ਲਾਉਣਾ ਹੈ, ਇਹ ਅਲੱਗ ਅਲੱਗ ਹੁੰਦੇ ਜੱਗੂ ਬਾਈ। ਇਹ ਕੋਈ ਇੱਕ ਬੇਸ ਵਾਲਾ, ਕੋਈ ਦੋ ਵਾਲਾ, ਤਿੰਨ ਵਾਲਾ, ਇਹ ਕਿੰਨੇ ਵਾਲਾ? ਤਿੰਨ ਬੇਸਾਂ ਵਾਲਾ, ਤਿੰਨ ਬੇਸਾਂ ਵਾਲਾ ਲਾਈ ਦਾ ਆਪਾਂ ਨੇ ਇੱਕੇ ਦੀ। ਅੱਛਾ, ਫਿਰ ਪਹਿਲਾਂ ਆਪਾਂ ਨੂੰ ਇਹੀ ਲਵਾਤਾ ਦਾ ਆਪਾਂ ਨੇ। ਠੀਕ ਆ, ਠੀਕ ਆ, ਠੀਕ ਚੱਲ। ਅੱਛਾ, ਵਧੀਆ ਮਾੜਾ ਮੋਟਾ ਰੌਣਕ ਮੇਲਾ ਲੱਗਿਆ ਰਹਿੰਦਾ। ਵਧੀਆ ਵਧੀਆ ਯਾਰ, ਕੱਲਾ ਆਉਂਦਾ ਜਿਹੜਾ ਕਈ ਵਾਰੀ ਲੱਗਿਆ ਹੁੰਦਾ, ਹੁਣ ਜਿੱਦਾਂ ਹੁਣ ਤੂੰ ਕੱਲਾ ਆਇਆ ਵਾ, ਹਨਾ, ਕਰੀ ਜਾਂਦਾ ਜੀ, ਲੱਗਿਆ ਰਹਿੰਦਾ ਮਾੜਾ ਮੋਟਾ। ਠੀਕ ਆ, ਠੀਕ ਆ, ਚੱਲ ਬਾਈ ਵਧੀਆ। ਮੈਂ ਵੀ ਮੈਂ ਲੰਘਿਆ ਜਾਂਦਾ ਵਾ ਬਾਈ, ਕੱਖ ਵੜਦਾ ਬਸ ਹੁਣ ਡਿਊਟੀ ਤੇ ਆਏ ਤੇ। ਹਾਂ, ਫਿਰ ਬਾ ਕੱਖ ਮੈਂ ਲੈ ਜਾਂਦਾ ਹੁਣ, ਫਿਰ ਮੈਂ 2 ਦਿਨ ਦੇ ਵੜ ਲੈਂਦਾ ਜੱਗੂ। ਠੀਕ ਆ, 2 ਦਿਨ ਦਾ ਟਰੈਕਟਰ ਤੋਂ ਭਰ ਲਏ ਜੀ ਤਾਂ। ਠੀਕ ਆ ਬਾਈ, ਚੱਲੀ ਜਾਂਦਾ ਅਗਲੇ ਦਿਨ ਹੋਰ ਕੰਮ ਹੋ ਜਾਂਦਾ। ਅਸਲ 'ਚ ਨਹੀਂ, ਮੈਂ ਹੋਰ ਦੇਖਿਆ ਜਿੰਨਾ ਸਾਰਾ ਰੇਤੇ 'ਚ ਵੀ ਬੂਟਾ ਵੱਧ ਚੱਲਦਾ, ਰੇਤੇ 'ਚ ਬੂਟਾ ਜ਼ਿਆਦਾ ਹੈ ਹਨਾ। ਆਪਣਾ ਰੇਤੇ 'ਚ ਹੁਣ ਤੂੰ ਇੱਧਰ ਨੂੰ ਦੇਖ ਲੈ ਜੱਗੂ, ਆਹ ਸਾਰਾ ਬੂਟਾ ਹੀ ਬੂਟਾ ਦੇਖਦਾ ਤੈਨੂੰ ਦੇਖ, ਰੇਤੇ 'ਚ ਬੂਟਾ ਵੱਧ ਚੱਲਦਾ। ਕਈ ਹੁਣ ਮੈਨੂੰ ਬਾਈ ਪੁੱਛੀ ਵੀ ਜਾਂਦੇ ਬਾਈ ਤੁਹਾਡੇ ਏਰੀਏ 'ਚ ਕਿਸਤਾ ਬਾਈ, ਸਾਡੇ 'ਚ ਪਾਣੀ ਥੋੜ੍ਹਾ ਜਿਹਾ ਉੱਪਰ ਆ, ਸੇਮ ਆ, ਸੇਮ। ਹਾਂ, ਤੇ ਰੇਤਾ ਆਪਣਾ ਰੇਤਲਾ ਪੱਸੀ ਏਰੀਆ ਮਤਲਬ। ਪਰ ਬਾਈ ਨੇ ਇਸ ਵਾਰ ਬੂਟੇ ਦੀ ਬਹੁਤ ਲਵਾਈ ਹੋਈ,
ਨਜਾਇਜ਼ ਲਵਾਈ ਹੋਈ ਬੂਟੇ ਦੀ, ਐ ਦੇਖ ਲਾ ਵੀ ਆਜ ਦਾ ਕੋਈ ਬੂਟਾ ਕੋਈ ਨੀ ਬਚਿਆ ਹੈਗਾ ਮੇਰੇ ਹਿਸਾਬ ਨਾਲ, ਰਾਜੀ ਵਾਲੇ ਸਾਰੇ ਵੇਚ ਤੇ, ਸਾਰੇ ਵੇਚ ਤੇ। ਵੈਸੇ ਐਤਕੀ ਲੱਗਾ 10 ਨੰਬਰ ਲਵਾਈ ਬਹੁਤ, ਮੈਂ ਸੁਣਿਆ ਅਜੇ ਕੋਈ ਲਾਇਆ ਤਾਂ ਨੀ ਹੈਗਾ, ਕਹਿੰਦੇ ਵੀ 3 ਸਾਲ ਚ ਪੂਰਾ ਤਿਆਰ ਹੋ ਜਾਂਦਾ। ਵੀਰੇ ਹਨੀ ਉਹ ਇੱਕ ਤਾਂ ਆਪਣੇ ਖੇਤ ਤੇ ਡਿਪੈਂਡ ਹੈ, ਇੱਕ ਆਪਣੀ ਸੇਵਾ ਤੇ ਡਿਪੈਂਡ ਹੈ, ਠੀਕ ਆ। ਪਰ ਇਹਦੇ ਨਾਲ ਤਾਂ ਜ਼ਿਆਦਾ ਤੁਰਦਾ, ਹਾਂ ਇਹਦੇ ਨਾਲ ਜ਼ਿਆਦਾ ਤੁਰਦਾ ਜੱਗੂ, ਉਹ ਨਹੀਂ ਗਾਂ ਗਾਂ ਸੁੱਧਾਂ ਕਰੀ ਜਾਂਦੇ ਆ, ਠੀਕ ਨੀ। ਤੇ ਚੱਲ ਬਾਈ ਠੀਕ ਆ ਹਨੀ, ਹਾਂ ਬਾਈ ਠੀਕ ਆ, ਠੀਕ ਆ। ਤੇ ਬਾਕੀ ਆਪਣੇ ਜਿਹੜਾ ਇੰਡੋ ਫਾਰਮ ਆ, ਜੋ ਵੀ ਪਹਿਲਾਂ ਵੀਡੀਓ ਉਹਦੀ ਓ ਬਣਾਈ ਹੋਈ ਆ, ਟਰੈਕਟਰ ਦਾ ਵੈਸੇ ਮਨ ਤਾਂ ਰੱਖਣੇ ਦਾ ਘਰਾਂ, ਪਰ ਵਿੱਚੇ ਹੁਣ ਦੋ ਮਨਾਂ ਜਿਹਾ ਚ ਆ ਯਾਰ ਜੱਗੂ ਗੱਲ ਆ ਜਾਂਦੀ, ਹਾਂ ਥੋੜੇ ਜਿਹੇ ਕੋਲ ਦੇਖ ਤੂੰ ਕੋਲ ਟਰੈਕਟਰ ਆਉਂਦੇ ਜਾਂਦੇ ਰਹਿਣੇ, ਜਿਹੜੀ ਸਿੱਧੀ ਜੀ ਗੱਲ ਉਹੀ ਗੱਲ ਆ, ਠੀਕ ਆ। ਤੇਰੇ ਕੋਲ ਟਰੈਕਟਰ ਆ ਗਿਆ, ਚੱਲ ਸਰਦਾ ਵੀ ਨਹੀਂ ਕਰਾਂ ਬਾਈ, ਸਰਦਾ ਤੇਰਾ ਸਰੀ ਜਾਣਾ ਯਾਰ ਜੱਗੂ, ਤੇਰੇ ਕੋਲ ਆਉਂਦੇ ਰਹਿੰਦੇ, ਕਈ ਵਾਰ ਸਰਦਾ ਵੀ ਨਹੀਂ, ਕਈ ਵਾਰ ਮਾੜੇ ਜਿਹੇ ਕੰਮ ਲੋੜ ਪਏ ਰੋਪੜ ਦੇ ਟਰੈਕਟਰ ਲਿਆਉਣਾ ਪੈਂਦਾ ਚੱਕ ਕੇ, ਥੋੜਾ ਔਖਾ ਵੀ ਲੱਗਦਾ ਕਈ ਵਾਰ। ਚਲ ਦੇਖ ਲੈ ਜਿਹੜਾ ਤੁਹਾਨੂੰ ਠੀਕ ਲੱਗਦਾ, ਹਾਂ ਚੱਲ ਦੇਖ ਲੈ ਬਾਈ, ਐਂ ਹੁੰਦਾ ਵੀ ਵਪਾਰੀ ਕੋਲ ਟਰੈਕਟਰ ਖੜਦਾ ਨਹੀਂ ਹੁੰਦਾ, ਠੀਕ ਆ ਠੀਕ ਆ। ਤੇ ਇੱਕ 911 ਦਾ ਉਹ ਆਪਣੇ ਵੀਰ ਨੂੰ ਦੇਤਾ, ਉਹਦੇ ਮੈਨੂੰ ਇੰਨੇ ਫੋਨ ਆਏ ਬਾਈ 911 ਦਾ, ਉਹ ਆਪਣੇ ਵੀਰ ਇਕੱਲੇ ਆਇਆ ਯਾਰ ਬਾਹਰੋਂ ਕੈਨੇਡਾ ਤੋਂ, ਬਾਈ ਤਾਂ ਪਹਿਲਾਂ ਅੱਜ ਕਹਿੰਦਾ ਤਾਂ ਹੁਣ ਬਾਈ ਕਹਿੰਦਾ ਮੈਂ ਕੱਲ ਕੋਲੋਂ ਆਊਂਗਾ ਲੈਣ, ਠੀਕ ਆ ਟਰੈਕਟਰ ਟਰੈਕਟਰ ਉਹਦੇ ਇੱਕ ਬਾਈ ਮੇਰੇ ਕੋਲ ਕੱਲ ਵੀ ਦੇਖਣ ਆਏ, ਬਾਈ ਕਹਿੰਦੇ ਸਾਨੂੰ ਵਾਧਾ ਦੇ ਦੇਵਾਂਗਾ, ਵਾਧਾ ਤਾਂ ਯਾਰ ਹੁਣ ਵਾਧੇ ਵਾਲੀ ਗੱਲ ਨੀ ਹੈਗੀ, ਵੀ ਬੰਦੇ ਨੇ ਸਾਈ ਪਾਈ ਸਭ ਕੁਛ ਹੋਇਆ ਵਾ, ਵੀ ਉਹ ਨੀ ਆਪਾਂ ਦੇ ਸਕਦੇ, ਠੀਕ ਨੀ। ਤੇ ਬਾਕੀ ਹੋਰ ਤਾਂ ਬਾਈ ਟਰੈਕਟਰ ਫਿਲਹਾਲ ਕੋਈ ਆਇਆ ਨੀ ਹੈਗਾ। ਤੇ ਜਿਹੜਾ ਆਪਣੇ ਕੋਲ ਹਨੀ ਬਾਈ, ਜਿਹੜਾ ਆਪਣੇ ਕੋਲ ਮੈਸੀ ਦਾ ਦੂਆ 95 ਥੋੜਾ ਘਰ ਲਿਆਂਦਾ ਵਾ, ਤਾਂ ਉਹ ਵੀ ਦੇਤਾ ਆਪਾਂ ਨੇ ਕੱਲ, ਅੱਛਾ ਉਹ ਵਿਕ ਗਿਆ, ਹਾਂ ਕਿੰਨੇ ਦਾ ਵਿਕ ਗਿਆ ਉਹ, ਬਾ ਵਿਕ ਗਿਆ ਉਹਦੇ ਚ ਆਪਾਂ ਨੇ ਟਰੈਕਟਰ ਕੱਟਿਆ ਇੱਕ, ਅੱਛਾ ਕਿੱਥੇ ਦਾ ਬੰਦਾ, ਉਹ ਬੰਦੇ ਨੇ ਰੀਪਰ ਤੇ ਚਲਾਉਣਾ ਤਾਂ ਸਭ ਨਾਲ ਆਪਣੇ ਰਿਸ਼ਤੇਦਾਰੀ ਚ ਗਿਆ ਟਰੈਕਟਰ, ਟਰੈਕਟਰ ਵਧੀਆ ਦਾ ਜੱਗੂ ਮੈਂ ਚਲਾ ਕੇ, ਟਰੈਕਟਰ ਠੀਕ ਤਾ, ਉਹ ਬੰਦੇ ਨੇ ਰੀਪਰ ਤੇ ਚਲਾਉਣਾ ਤਾਂ ਟਰੈਕਟਰ, ਹਾਂ ਨਹੀਂ ਉਹਦੇ ਕਰਕੇ ਮੈਂ ਦੇਖਿਆ 9000 ਵੀ ਵਧੀਆ ਚੱਲਦਾ, ਇਹ ਤਾਂ ਫੇਰ ਬੜਾ ਦੋ, ਉਹਨਾਂ ਕੋਲ 9000 ਇਹ ਤਾਂ, ਅੱਛਾ ਉਹ 9000 ਥੋੜੀ ਜੀ ਉਹਨਾਂ ਨੂੰ ਲੱਗਿਆ ਵੀ ਸਾਨੂੰ ਛੋਟਾ ਪੈਂਦਾ, ਅੱਛਾ ਫੇਰ ਉਹਨੇ 9500 ਲੈ ਲਿਆ ਵਿੱਚ, ਬਦਲ ਵਧੀਆ ਵਧੀਆ ਟਰੈਕਟਰ ਵਧੀਆ ਤਾਂ ਨਾਲ ਦੇ, ਉਹ ਵੀ ਟਰੈਕਟਰ 11-12 ਮਾਡਲ ਮੈਂ ਸ਼ਾਇਦ ਕੱਲ ਨੂੰ ਲਿਆਵਾਂ, ਬਹੁਤ ਵਧੀਆ ਟੈਟੂ ਨਵੇਂ ਆ ਉਹ, ਵਿਦਾਲ ਟਰਬੋ ਹੋਣਾ, ਹਾਂ ਉਹ ਬਿਨਾਂ ਟਰਬੋ ਤੇ ਆਉਂਦਾ, ਉਹ ਜਿਹੜੀਆਂ ਮਾਈਕਰੋ ਪੰਪ ਚ ਆਉਂਦਾ, ਮੈਂ ਇੱਕ ਦੇਖਿਆ ਸਾਲਾ ਟਰਬੋ ਦਾ ਸਾਲਾ ਫਰਕ ਤਾਂ ਬਹੁਤ ਆ ਜੀ, ਨਾ ਫਰਕ ਹੈ ਫਰਕ ਆ, ਉਦੋਂ ਮੈਂ ਟੋਚਨ ਪਾਇਆ ਤਾਂ ਜਦ ਦੇਖਿਆ ਸਾਲਾ ਫਰਕ ਆ ਜਦ ਖੁੱਲਦਾ ਉਹ ਤੇ ਬਾਅਦ ਨਹੀਂ ਜਾਣਾ, ਬਿਲਕੁਲ। ਤੇ ਚੱਲ ਹਨੀ ਵੀਰੇ ਠੀਕ ਆ, ਠੀਕ ਆ ਚੱਲ, ਤੇ ਚਲੋ ਬਾਈ ਠੀਕ ਆ ਜੀ। ਜੇ ਹੋਰ ਮੇਰਾ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ, ਥੱਲੇ ਨੰਬਰ ਦਿੱਤਾ ਹੁੰਦਾ ਆਪਣਾ, ਉਹਦੇ ਤੇ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਸਕਦਾ ਬਾਈ, ਜਿਹਨੇ ਸੇਲ ਕਰਨਾ ਤੇ ਜਿਹਨੇ ਬਾਈ ਖਰੀਦਣਾ ਹੈ ਉਹ ਵੀ ਆਪਣੇ ਕੋਲ ਟਰੈਕਟਰ ਆ ਕੇ ਦੇਖ ਸਕਦਾ, ਆਪਣੇ ਕੋਲ ਸਾਰੇ ਟਰੈਕਟਰ ਖੜੇ ਹੁੰਦੇ ਆ, ਅਤੇ ਜਿਹਨੇ ਨਵਾਂ ਲੈਣਾ ਬਾਈ ਇੰਡੋ ਫਾਰਮ ਝੋਟਾ ਉਹ ਵੀ ਨਵਾਂ ਵੀ ਲੈ ਸਕਦਾ, ਠੀਕ ਹੈ ਜੀ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ ਬਾਈ, ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਅਤੇ ਆਪਣੇ ਯੂਟਿਊਬ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਜੁੜਦੇ ਆ ਬਾਈ ਉਹਨਾਂ ਨੂੰ ਬੇਨਤੀ ਹੈ ਜਿਹੜਾ ਬੈੱਲ ਆਈਕਨ ਵਾਲਾ ਬਟਨ ਉਹਨੂੰ ਪ੍ਰੈਸ ਕਰਦਿਆ ਕਰੋ, ਤਾਂ ਕਿ ਜਿਹੜੀਆਂ ਹੋਰ ਆਪਾਂ ਵੀਡੀਓ ਪਾਉਂਦੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜਾਇਆ ਕਰੇ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।